ਕੇਅਰਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਪੰਜਾਬੀ ਲੈਜੈਂਡਰੀ ਸਿੰਗਰ ਦਿਲਸ਼ਾਦ ਅਖਤਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜਿਨ੍ਹਾਂ ਦੀ ਬਾਇਓਗ੍ਰਾਫੀ ਲਈ ਤੁਸੀਂ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਆਪਾਂ ਅੱਜ ਦੀ ਵੀਡੀਓ ਵਿੱਚ ਦਿਲਸ਼ਾਦ ਅਖਤਰ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਤੇ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਸੀ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਤੇ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਹੇਠਾਂ ਜੋ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਦਿਲਸ਼ਾਦ ਅਖਤਰ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਦਿਲਸ਼ਾਦ ਅਖਤਰ ਦਾ ਜਨਮ ਸੰਨ 1966 ਨੂੰ ਮਾਤਾ ਨਸੀਬ ਜੀ ਦੀ ਕੁੱਖੋਂ ਅਤੇ ਪਿਤਾ ਕੀੜੇ ਖਾਂ ਸ਼ਕੀਨ ਦੇ ਘਰ ਪਿੰਡ ਗਿਲਜੇਵਾਲਾ ਤਹਿਸੀਲ ਕੋਟਕਪੁਰਾ ਜ਼ਿਲ੍ਹਾ ਫਰੀਦਕੋਟ ਪੰਜਾਬ ਵਿਖੇ ਹੋਇਆ। ਦਿਲਸ਼ਾਦ ਅਖਤਰ ਜੀ ਹੋਰੇ 4 ਭੈਣ ਭਰਾ ਸਨ। ਉਹਨਾਂ ਦੀਆਂ 2 ਭੈਣਾਂ ਵੀਰਪਾਲ ਅਤੇ ਮਨਪ੍ਰੀਤ ਅਖਤਰ ਸੀ। ਮਨਪ੍ਰੀਤ ਅਖਤਰ ਦਾ ਬਾਲੀਵੁੱਡ ਅਤੇ ਬਾਲੀਵੁੱਡ ਵਿੱਚ ਵੱਡਾ ਨਾਮ ਆ। ਚਾਹੇ ਮਨਪ੍ਰੀਤ ਅਖਤਰ ਜੀ ਹੁਣ ਸੰਸਾਰ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਅੱਜ ਵੀ ਲੱਖਾਂ ਫੈਨ ਆ। ਦਿਲਸ਼ਾਦ ਅਖਤਰ ਦੇ ਭਰਾ ਦਾ ਨਾਮ ਗੁਰਦਿੱਤਾ। ਇਸ ਤੋਂ ਬਿਨਾਂ ਨਾਮਵਰ ਗਾਇਕ ਸੰਦੀਪ ਅਖਤਰ ਦਿਲਸ਼ਾਦ ਅਖਤਰ ਜੀ ਦੇ ਚਾਚਾ ਜੀ ਦਾ ਬੇਟਾ ਸੀ। ਦਿਲਸ਼ਾਦ ਅਖਤਰ ਜੀ ਨੂੰ ਆਪਣੇ ਘਰ ਵਿੱਚ ਹੀ ਸੰਗੀਤਕ ਮਾਹੌਲ ਮਿਲਿਆ, ਇਸੇ ਕਾਰਨ ਬਚਪਨ ਤੋਂ ਹੀ ਉਸਨੂੰ ਸੰਗੀਤ ਗਾਇਕੀ ਨਾਲ ਗੂੜਾ ਪਿਆਰ ਹੋ ਗਿਆ ਤੇ ਉਸਨੇ ਇੱਕ ਨਾਮਵਰ ਗਾਇਕ ਬਣਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਚਾਹੇ ਦਿਲਸ਼ਾਦ ਅਖਤਰ ਬਚਪਨ ਤੋਂ ਹੀ ਬਹੁਤ ਸੋਹਣਾ ਗਾਉਂਦਾ ਸੀ ਤੇ ਉਹ ਬਹੁਤ ਮਿਹਨਤ ਕਰਦਾ ਸੀ ਪਰ ਕਿਸੇ ਵੀ ਖੇਤਰ ਵਿੱਚ ਅੱਗੇ ਵਧਣ ਲਈ ਗੁਰੂ ਜਾਂ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਆ। ਇਸੇ ਕਾਰਨ ਦਿਲਸ਼ਾਦ ਅਖਤਰ ਜੀ ਨੇ ਨੂਰਮਹਿਲ ਦੇ ਪੰਡਿਤ ਕਿਸ਼ਨ ਜੀ ਨੂੰ ਆਪਣਾ ਉਸਤਾਦ ਧਾਰਿਆ ਤੇ ਉਹਨਾਂ ਤੋਂ ਸੰਗੀਤਕ ਬਰੀਕੀਆਂ ਸਿੱਖੀਆਂ। ਗਾਇਕੀ ਵਿੱਚ ਪਰਪੱਖ ਹੋਣ ਤੋਂ ਬਾਅਦ ਫਿਰ ਦਿਲਸ਼ਾਦ ਅਖਤਰ ਜੀ ਦਾ ਪਹਿਲਾ ਗੀਤ ਆਇਆ ਚੰਨ ਮੰਗੇ ਚਾਨਣੀ ਗੁਲਾਬ ਮੰਗੇ ਰੰਗ, ਜਿਸ ਨੇ ਚਾਰੇ ਪਾਸੇ ਧੂਮਾਂ ਮਚਾਤੀਆਂ। ਇਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ ਜੋ ਕਿ ਕਈ ਨਾਮੀ ਗੀਤਕਾਰਾਂ ਜਿਵੇਂ ਧਰਮ ਸਿੰਘ ਕੰਮਿਆਣਾ, ਬਾਬੂ ਸਿੰਘ ਮਾਨ, ਮਦਨ ਜਲੰਧਰੀ ਤੇ ਹੋਰ ਦੁਆਰਾ ਲਿਖੇ ਸਨ। ਵੈਸੇ ਤਾਂ ਜਿੰਨੇ ਵੀ ਗੀਤ ਦਿਲਸ਼ਾਦ ਅਖਤਰ ਜੀ ਨੇ ਗਾਏ ਲਗਭਗ ਸਾਰੇ ਸੁਪਰ ਹਿੱਟ ਰਹੇ ਪਰ ਫਿਰ ਵੀ ਜੇ ਆਪਾਂ ਉਹਨਾਂ ਦੁਆਰਾ ਗਾਏ ਕੁਝ ਖਾਸ ਗੀਤਾਂ ਦੀ ਗੱਲ ਕਰੀਏ ਤਾਂ ਉਹਨੇ ਕਿਤੇ ਸੁਣ ਅੱਲੜ ਮਟਿਆਰੇ ਨੀ ਚਰਖਾ ਬੋਲ ਪਿਆ, ਮਨ ਵਿੱਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ, ਚਿੱਠੀ ਵਿੱਚ ਲਿਖਦੀ ਹਾਲ ਪ੍ਰੀਤੋ ਦਾ, ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ, ਕੁਝ ਬੋਲ ਦਿਲਾਂ ਦੀ ਘੁੰਡੀ ਖੋਲ ਤੇ ਹੋਰ ਵੀ ਬਹੁਤ ਸਾਰੇ ਗੀਤ ਜਿਨ੍ਹਾਂ ਦੀ ਲਿਸਟ ਬਹੁਤ ਲੰਬੀ ਆ, ਉਹ ਸਾਰੇ ਸੁਪਰ ਡੁਪਰ ਹਿੱਟ ਹੋਏ। ਦਿਲਸ਼ਾਦ ਅਖਤਰ ਜੀ ਉਹ ਪਹਿਲੇ ਪੰਜਾਬੀ ਗਾਇਕ ਸੀ ਜਿਨ੍ਹਾਂ ਨੇ ਪਰਦੇਸੀ ਵੀਰਾਂ ਲਈ ਗੀਤ ਗਾਏ ਕਿਉਂਕਿ ਉਸ ਸਮੇਂ ਪਰਦੇਸੀਆਂ ਲਈ ਕੋਈ ਖਾਸ ਗੀਤ ਨਹੀਂ ਗਾਏ ਜਾਂਦੇ ਸੀ। ਪਰ ਦਿਲਸ਼ਾਦ ਅਖਤਰ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਅਜਿਹੇ ਗੀਤ ਗਾਏ ਕਿ ਦਿਲਸ਼ਾਦ ਅਖਤਰ ਉਹਨਾਂ ਦੀ ਪਹਿਲੀ ਪਸੰਦ ਬਣ ਗਏ ਤੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਤੱਕ ਦਿਲਸ਼ਾਦ ਅਖਤਰ ਦਾ ਨਾਮ ਗੂੰਜਣ ਲੱਗਿਆ। ਦਿਲਸ਼ਾਦ ਅਖਤਰ ਦੀਆਂ ਕਈ ਧਾਰਮਿਕ ਕੈਸਟਾਂ ਵੀ ਆਈਆਂ ਜਿਵੇਂ ਜੰਗ ਹਿੰਦ ਪੰਜਾਬ, ਫਾਇਰ ਸਿੰਘਾਂ ਨੇ ਖੋਲ ਤੇ, ਸੱਚ ਨੂੰ ਫਾਂਸੀ ਆਦਿ ਤੇ ਇਹ ਕੈਸਟਾਂ ਬਹੁਤ ਜ਼ਿਆਦਾ ਮਕਬੂਲ ਹੋਈਆਂ। ਦਿਲਸ਼ਾਦ ਅਖਤਰ ਸਾਹਿਬ ਦੀ ਬੁਲੰਦ ਆਵਾਜ਼ ਨੇ ਲੱਖਾਂ ਲੋਕਾਂ ਨੂੰ ਆਪਣਾ ਫੈਨ ਬਣਾਇਆ ਤੇ ਇਸੇ ਕਾਰਨ ਅਖਤਰ ਸਾਹਿਬ ਨੂੰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਬਤੌਰ ਪਲੇਬੈਕ ਸਿੰਗਰ ਗਾਉਣ ਦਾ ਮੌਕਾ ਮਿਲਿਆ। ਜਿਨ੍ਹਾਂ ਫਿਲਮਾਂ ਵਿੱਚ ਦਿਲਸ਼ਾਦ ਜੀ ਨੇ ਗਾਇਆ ਉਹਨੇ ਉਡੀਕਾਂ ਸੌਣ ਦੀਆਂ, ਕਚਹਿਰੀ ਡਾਂਗ ਉੱਤੇ ਡੇਰਾ ਜੱਟ ਦਾ, ਅਣਖ ਜੱਟ ਦੀ ਨਸੀਬੋ, ਧਰਮ ਜੱਟ ਦਾ, ਦੇਸੋਂ ਪ੍ਰਦੇਸ, ਦੁੱਲਾ ਪੱਟੀ, ਸੁੱਚਾ ਸੂਰਮਾ ਆਦਿ। ਦਿਲਸ਼ਾਦ ਅਖਤਰ ਜੀ ਨੇ ਆਪਣੇ ਜੀਵਨ ਦਾ ਪਹਿਲਾ ਅਖਾੜਾ ਸੰਨ 1980 ਵਿੱਚ ਲਾਇਆ ਸੀ, ਜਿਸ ਅਖਾੜੇ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ ਲਾਈਵ ਅਖਾੜਿਆਂ ਦੇ ਕਈ ਰਿਕਾਰਡ ਵੀ ਬਣਾਏ ਤੇ ਅਣਗਿਣਤ ਅਖਾੜੇ ਲਾਏ। ਦਰਸ਼ਕ ਦਿਲਸ਼ਾਦ ਅਖਤਰ ਜੀ ਦਾ ਅਖਾੜਾ ਵੇਖਣ ਦੂਰੋਂ ਦੂਰੋਂ ਆਉਂਦੇ ਸੀ ਤੇ ਉਹਨਾਂ ਨੂੰ ਅਖਾੜਿਆਂ 'ਚ ਬਹੁਤ ਮਾਣ ਸਤਿਕਾਰ ਮਿਲਦਾ ਸੀ। ਦਿਲਸ਼ਾਦ ਅਖਤਰ ਜੀ ਦਾ ਸੰਗੀਤਕ ਸਫ਼ਰ ਤੇ ਜੀਵਨ ਬਹੁਤ ਵਧੀਆ ਲੰਘ ਰਿਹਾ ਸੀ, ਉਹ ਆਪਣੇ ਜੀਵਨ ਵਿੱਚ ਬਹੁਤ ਖੁਸ਼ਹਾਲ ਸੀ। ਪਰ ਗੱਲ ਆ ਸੰਨ 1996 ਦੀ, ਜਦੋਂ ਉਹਨਾਂ ਨੂੰ ਪਿੰਡ ਸਿੰਘਪੁਰਾ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਵਿਖੇ ਇੱਕ ਵਿਆਹ ਸਮਾਗਮ ਤੇ ਅਖਾੜਾ ਲਾਉਣ ਦਾ ਮੌਕਾ ਮਿਲਿਆ ਤੇ ਉਹਨਾਂ ਦਾ ਅਖਾੜਾ ਬਹੁਤ ਵਧੀਆ ਚੱਲ ਰਿਹਾ ਸੀ। ਉਸੇ ਪ੍ਰੋਗਰਾਮ ਵਿੱਚ ਸ਼ਰਾਬ ਨਾਲ ਧੁੱਤ ਇੱਕ DSP ਸਵਰਨ ਸਿੰਘ ਹੁੰਦਲ ਵੀ ਬੈਠਾ ਸੀ ਜੋ ਅਖਾੜਾ ਵੇਖ ਰਿਹਾ ਸੀ ਤੇ DSP ਨੇ ਨਸ਼ੇ ਦੀ ਹਾਲਤ ਵਿੱਚ ਦਿਲਸ਼ਾਦ ਅਖਤਰ ਤੋਂ ਇੱਕੋ ਗਾਣਾ ਵਾਰ ਵਾਰ ਸੁਣਨ ਦੀ ਜਿੱਦ ਫੜ ਲਈ। ਗਾਣਾ ਸੀ ਮਨ ਵਿੱਚ ਵਸਦਾ ਸੱਜਣਾ ਵੇ ਰਹਿਣਾ ਅੱਖੀਆਂ ਤੋਂ ਦੂਰ। ਇਹ ਗੀਤ ਦਿਲਸ਼ਾਦ ਅਖਤਰ ਨੇ ਉਸ ਅਖਾੜੇ ਵਿੱਚ ਲਗਭਗ 3 ਵਾਰ ਗਾਇਆ
पर डीएसपी अजे भी इसे गीत नूं दोबारा गाउण दी फरमाइश कर रहा सी ते जित ते अड़िया होया सी पर दिलशाद अख्तर ने आखर नूं इह गाना गाउण तों मना कर दिता ते डीएसपी ने इस गल नूं अपनी बेइज्जती समझी ते गुस्से विच आ दिलशाद अख्तर नूं गोली मार दिती। इस तों बिना दोस्तों कुछ लोगों का यह मनना कि डीएसपी ने दिलशाद अख्तर ते तां गोली चलाई सी क्योंकि डीएसपी चाहुंदा सी कि दिलशाद अख्तर हंसराज हंस दा गीत गावे। गीत सी नची जो साडे नाल, उस समय गीत बहुत ज़्यादा सुपर डुपर हिट होया सी पर दिलशाद अख्तर ने साफ मना करता सी कि मैं किसी होर सिंगर दा गीत नहीं गाउंदा। बाकी उस प्रोग्राम विच ओह काफ़ी लेट हो चुके सी, काफ़ी समा हो गया सी दिलशाद अख्तर नूं गाउंदे होए, पर डीएसपी दा यह मन सी कि दिलशाद अख्तर अजे तक होर गावे ओह ना जावे। तो यह भी कहा जाता कि डीएसपी ने दो टाइम उस गाने की फरमाइश की सी पर दिलशाद अख्तर ने वह गीत नहीं गाया, जिस तो बाद डीएसपी गुस्से में आ गया। उसने बॉडीगार्ड तो AK-47 रैफल खो के सीधा दिलशाद अख्तर से हमला करता, जिस तो बाद दिलशाद अख्तर की मौत हो गई सी। सो दोस्तों अलग अलग लोगों का अलग अलग मनना, पर जो भी होया बहुत ही बुरा होया। ते 28 जनवरी 1996 का वह काला दिन सी जदों पंजाबी गायकी दे थम महान पंजाबी गायक दिलशाद अख्तर की मौके पर मौत हो गई तो वह संसार नूं हमेशा लिए अलविदा कह गया। प्राप्त जानकारी अनुसार दिलशाद अख्तर नूं गोली मारन वाले डीएसपी स्वर्ण सिंह हुंदल ने March 2008 विच आत्महत्या कर ली सी। चाहे दोस्तों दिलशाद अख्तर जी अज इस संसार विच नहीं, पर उन्हां दे गीत अज भी अमर आ ते दुनिया भर में उन्होंने लखा फैनस आ। असी अपने चैनल बॉडी हौली बाबा साड़ी पूरी टीम वालों वाहिगुरु जी अगे यही अरदास करांगे कि वाहिगुरु जी उन्हां दी आत्मा नूं शांति बख्शन। सो दोस्तों ये दिलशाद अख्तर जी की बायोग्राफी, मैनू उम्मीद है कि तुहानूं वीडियो जरूर पसंद आई होगी। जे वीडियो तुहानूं वधिया लगी तो वीडियो नूं लाइक जरूर करो ते नाल दी नाल इस वीडियो हेठां कमेंटां विच मिस यू दिलशाद अख्तर जरूर लिखो ते इस वीडियो नूं अपने सारे दोस्त मित्रां नाल जरूर शेयर कर दिओ तां जो उह वी दिलशाद अख्तर जी दे जीवन ते संघर्ष बारे जाण सकन। ते होर इस तरह दीआं बायोग्राफी वीडियोज़ देखण लई अपने चैनल नूं इस वीडियो हेठां जो रैड कलर दा सबसक्राइब दा बटन आ रहा उस पर अपना एक प्यारा जिहा क्लिक करके जरूर सबसक्राइब कर लो ते नाल आ रहे बैल दे बटन ते क्लिक कर दिओ तां जो अपनी हर एक वीडियो तुहानूं तक सब तों पहलां पहुँच सके। इन्हें शब्दां लईने तुहानूं इजाजत, मिलदे आ किसे होर वीडियो नाल। सत श्री अकाल जी।